ਹਾਂਜੀ ਦੋਸਤੋ, ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ। ਮੈਂ ਤੁਹਾਡਾ ਛੋਟਾ ਭਰਾ ਅੰਮ੍ਰਿਤਪਾਲ ਸਿੰਘ ਬੱਬੂ ਅਤੇ ਆਪਾਂ ਬਾਈ ਜੀ ਅੱਜ ਬਾਈ ਦੇ ਘਰ ਖੜਾਂਗੇ, ਪਿੰਡ ਦੋਧਰ, ਅਤੇ ਬਾਕੀ ਸਾਰੀ ਬਾਈ ਨਾਲ ਗੱਲਬਾਤ ਕਰਾਂਗੇ। ਅਤੇ ਬਾਕੀ ਪੂਰੀਆਂ ਘੈਂਟ ਕੰਡੀਸ਼ਨ ਦੀਆਂ ਟਰਾਲੀ ਹੁੰਦੀਆਂ ਨੇ ਅਤੇ ਵਧੀਆ ਹੈ ਵੀ, ਅਤੇ ਕਰਦੇ ਆ ਬਾਈ ਨਾਲ ਗੱਲਬਾਤ। ਸਤਿ ਸ਼੍ਰੀ ਅਕਾਲ ਜੀ। ਠੀਕ ਹੋ ਬਾਈ? ਠੀਕ ਹੈ ਜੀ। ਅਤੇ ਲੋਕੇਸ਼ਨ ਬਾਈ ਜੀ? ਮੇਨ ਪਿੰਡ ਦੋਧਰਾ, ਜ਼ਿਲ੍ਹਾ ਮੋਗਾ ਆਪਣਾ। ਠੀਕ ਹੈ ਜੀ। ਅਤੇ ਨਾਮ ਜੀ? ਕੁਲਵੰਤ ਸਿੰਘ ਆ ਜੀ। ਠੀਕ ਹੈ ਜੀ। ਅਤੇ ਟਰੈਕਟਰ ਵੀ ਦਿੰਦੇ ਨੇ, ਟਰਾਲੀ ਆਉਂਦੇ ਨੇ? ਹਾਂ, ਟਰੈਕਟਰ ਵੀ ਕਿਰਾਏ ਦੇ, ਟਰਾਲੀਆਂ ਕਿਰਾਏ ਦੇ ਦਿੰਦੀਆਂ, ਬੇਥਾ ਵੇਚਣ ਨੂੰ ਬਣਾਈ ਦੇ, ਕਿਰਾਏ 'ਤੇ ਵੀ ਦੇ ਦਿੰਦੀਆਂ। ਠੀਕ ਹੈ ਜੀ। ਅਤੇ ਜਿਵੇਂ ਹੁਣ ਮੱਕੀ ਦੇ ਮੂਹਰੇ ਸੀਜ਼ਨ ਆਉਣਾ? ਹਾਂ, ਕਿਰਾਏ 'ਤੇ ਜਾਣੀਆਂ ਹੁਣ। ਠੀਕ ਹੈ ਜੀ। ਹਾਂਜੀ। ਅਤੇ ਉਹਦਾ ਖਰਚਾ ਫੋਨ 'ਤੇ ਹੋ ਜੂਗਾ? ਹਾਂਜੀ ਹਾਂਜੀ, ਉਹ ਫੋਨ 'ਤੇ ਗੱਲ ਦਾ ਕਨੈਕਟ ਗਾ। ਠੀਕ ਹੈ ਬਾਈ ਜੀ। ਅਤੇ ਲਓ ਬਾਈ, ਹੁਣ ਆਪਾਂ ਟਰਾਲੀ ਬਾਰੇ ਗੱਲਬਾਤ ਕਰਦੇ ਹਾਂਗੇ। ਅਤੇ ਕਿਹੜੀ ਚਾਦਰ ਲਾਉਣੇ ਬਾਈ ਜੀ? ਇੱਥੇ ਇਹ ਜੰਡੂ ਵਾਲੀ ਲੱਗੀ, ਰੇਲ ਦਾ ਹਿੱਸਾ ਬਟੀਆਂ ਹੱਬਾ ਦਾ ਹੰਡੀਆਂ। ਠੀਕ ਹੈ ਜੀ। ਇਹ ਹੈਗਾ ਸਾਈਜ਼ 12.5-6। ਠੀਕ। ਟਾਇਰ ਪੂਰੀ ਵਧੀਆ ਕੰਡੀਸ਼ਨ 'ਚ ਆ, ਪੱਕੇ? ਲੈ ਬਾਈ ਜੀ, ਪੱਕੇ ਟਾਇਰਾਂ 'ਚ ਆ ਗਿਆ। ਬੇਦਾਗ ਟਾਇਰ ਹੋਣਗੇ ਬਾਈ ਜੀ? ਮਾੜਾ ਮੋਟਾ ਕਿਲ ਮੇਕ ਦਾ ਨਿਸ਼ਾਨ ਹੁੰਦਾ। ਠੀਕ ਹੈ ਜੀ। ਬੇਦਾਗ ਕਿਉਂ ਮਰਦੇ ਨੀਗੇ? ਹਾਂ, ਇਹ ਨਹੀਂ ਹੋਊਗਾ ਵੀ ਕੱਟ ਪੂਰਾ। ਨਾ ਨਾ ਨਾ, ਗੁੱਡੀ ਗੱਡੀ ਨਾਲ ਕੱਟ ਕੱਢਿਆ, ਕਿਲ ਮੇਕ ਦਾ ਨਿਸ਼ਾਨ ਹੋਊਗਾ। ਠੀਕ ਹੈ ਜੀ। ਕਿੰਨੇ ਬਾਏ ਕਿੰਨੇ 'ਚ ਆ ਜਾਂਦੀ ਬਾਈ ਜੀ? ਇਹ 12.5-6 ਆ ਜੀ। ਠੀਕ ਹੈ ਜੀ। 12.5-6 ਆ, ਮੱਛੀ ਔਕਾ 10-85 ਆ। ਠੀਕ ਹੈ ਜੀ। ਅਤੇ ਕਿੰਨਾ ਕੁ ਵੇਟ ਹੋਊਗਾ ਬਾਈ ਜੀ? ਵੇਟ ਵੇਟ ਇਹਦਾ ਹੈਗਾ ਜੀ 20-25 ਕੁਇੰਟਲ, 12 ਫੁੱਟੇ ਦਾ। ਲੈ ਬਾਈ ਜੀ, 12 ਫੁੱਟੇ ਦਾ ਤਕਰੀਬਨ, ਮੈਨੂੰ ਲੱਗਦਾ 12 ਫੁੱਟੇ ਦਾ ਘੱਟੋ ਘੱਟ 17 ਕੁ ਕੁਇੰਟਲ ਲੱਗ ਗਿਆ ਅਗਲਾ। ਹਾਂਜੀ ਹਾਂਜੀ, ਬਸ ਜੀ ਕਰਾ ਦਿੰਦਾ। ਫਿਰ ਉਹ ਕਿਰਾਏ 'ਤੇ ਨਹੀਂ ਚੱਲਦੇ, ਕਿਰਾਏ ਦੇਣੇ 'ਤੇ 20 ਕੁਇੰਟਲ ਵਾਲਾ ਕਿਰਾਏ 'ਤੇ ਹਿਲਦਾ ਨਹੀਂ ਇਹ। ਠੀਕ ਹੈ ਬਾਈ ਜੀ। ਜੇ ਤੁਸੀਂ ਲੰਮੇ ਸਮੇਂ ਤਾਈਂ ਵਰਤਣੀ ਆ ਟਰਾਲੀ, ਜ਼ਿਆਦਾ ਹੈ ਵੀ ਵਧੀਆ ਕੁਆਲਿਟੀ ਦੀ ਟਰਾਲੀ, ਤਾਂ ਬਾਈ ਕੋਲੋਂ ਲਿਜਾ ਸਕਦੇ ਹੋਗੇ। ਅਤੇ ਬਾਕੀ ਤੁਹਾਨੂੰ ਚੈਨਲ ਚੂਨਲ ਦਿਖਾ ਦਿਓ ਬਾਈ ਜੀ ਥੱਲੇ। ਚੈਨਲ ਕਿੰਨੇ ਲੱਗੇ ਹੋਣਗੇ ਬਾਈ ਜੀ ਇਹਦੇ? ਹਾਂਜੀ, ਚੈਨਲ 12-12 ਹੀ ਲੱਗਿਆ। ਠੀਕ ਹੈ ਜੀ। 12 ਚੈਨਲ ਲੱਗੇ ਹੋਣਗੇ। ਅਤੇ ਬਾਕੀ ਟੂਲ ਵਗੈਰਾ ਲੱਗਿਆ ਹੋਇਆ, ਇੱਧਰ ਦਿਖਾ ਦਿਓ ਬਾਈ ਜੀ। ਅਤੇ 12 ਕਿੰਨੇ 'ਚ ਆ ਗਏ ਬਾਈ ਜੀ? 12.6 'ਚ ਆ ਗਏ ਬਾਈ ਜੀ। 12.5-6। 12.5। ਅਤੇ ਕੀ ਡਿਮਾਂਡ ਆ ਬਾਈ ਜੀ? ਇਹਦਾ 2,30,000 ਮੰਗਦੇ ਜੀ। ਠੀਕ ਹੈ ਜੀ। 2,30,000 ਰੁਪਇਆ ਮੰਗਦੇ ਹੈਗੇ। ਅਤੇ ਪੰਪ ਦੀ ਬਾਈ ਜੀ? ਇੱਕ ਦੀ ਸਾਲ ਦੀ ਗਰੰਟੀ ਆ। 1 ਸਾਲ ਦੀ ਗਰੰਟੀ ਹੈ? ਹਾਂਜੀ। ਠੀਕ ਆ ਬਾਈ ਜੀ। ਅਤੇ ਲਓ ਬਾਈ ਜੀ, ਇੱਧਰ ਆ ਗਏ। ਇਹ ਕਿੰਨੇ ਬਾਈ ਕਿੰਨੇ ਦੀ ਆ ਗਈ ਬਾਈ? ਇਹ 14.7 ਜੀ, ਡਬਲ ਜੈੱਕ ਆ। ਠੀਕ ਹੈ, 14.7 ਦੀ ਆ ਗਈ, ਡਬਲ ਜੈੱਕ 'ਚ ਆ ਗਈ। 10-85 ਆ, ਰੇਲ ਦਾ ਹਿੱਸਾ ਵੱਡੀਆਂ ਹਵਾ 10 ਹੰਡਰਡੀਆਂ। ਠੀਕ ਹੈ, ਜਿੰਨੇ ਹੈਗੇ ਸਾਰੇ ਰੇਲ ਦੇ ਹਿੱਸੇ? ਹਾਂਜੀ, ਰੇਲ ਦੇ ਹਿੱਸੇ ਵੱਡੀਆਂ ਹਵਾ 10 ਹੰਡਰਡੀਆਂ। ਠੀਕ ਆ ਜੀ। ਅਤੇ ਲੈ ਬਾਈ, ਬਾਕੀ ਤੁਹਾਨੂੰ ਦਿਖਾ ਦਿੰਦੇ ਬਾਈ ਜੀ, ਜੇ ਕੋਈ ਮੰਨ ਕੇ ਲਓ ਸੜਕ 'ਤੇ ਜਾਂਦਾ ਹੋਵੇ, ਕਈ ਵਾਰ ਲਿਫਟ ਚੱਕੀ ਜਾਂਦੀ ਆ, ਇਹਦੀ ਜ਼ਿਆਦਾਤਰ ਲਿਫਟ ਛੇਤੀ ਚੱਕੀ ਨਹੀਂ ਜਾਂਦੀ। ਹਾਂਜੀ, ਹੁੱਕ ਲੱਗੀ ਮੂਹਰੇ। ਲੈ ਬਾਈ, ਮੂਹਰੇ ਦਿਖਾ ਦੇ ਬਾਈ ਜੀ, ਮੂਹਰੇ ਹੁੱਕ ਲੱਗੀ ਹੋਈ ਅੱਗੇ ਇਹਦੇ, ਅਤੇ ਦੇਖ ਸਕਦੇ ਬਾਈ ਜੀ। ਅਤੇ ਆਹ ਲਓ ਬਾਈ ਜੀ, ਚੈੱਕ ਕਰੋ, ਆਹ ਹੁੱਕ ਲਾਤੀ। ਜੇ ਕੋਈ ਜਾਂਦਾ ਨਾ, ਐਂ ਨਹੀਂ ਕਹੂਗਾ ਵੀ ਹਾਂ ਸਾਡੀ ਲਿਫਟ ਚੱਕੀ ਜਾਊਗੀ ਟਰਾਲੀ ਦੀ। ਅਤੇ ਇਹਦੀ ਕੀ ਡਿਮਾਂਡ ਆ ਬਾਈ ਜੀ? ਇਹਦਾ 2,75 ਮੰਗਦੇ ਜੀ, ਬਾਕੀ ਮਾਨਤਾਨ ਹੋ ਜੂ ਮੌਕੇ 'ਤੇ। ਠੀਕ ਹੈ। 14.7 ਡਬਲ ਜੈੱਕ ਆ। ਠੀਕ ਹੈ ਜੀ। 2,75 ਮੰਗਦੇ, ਬਾਕੀ ਬਾਅਦ ਘੱਟ ਮੌਕੇ 'ਤੇ। ਇਹਦਾ ਕਿੰਨਾ ਕੁ ਵੇਟ ਹੋਊਗਾ ਜੀ? ਇਹਦਾ ਹੈਗਾ ਜੀ 23-24 ਕੁਇੰਟਲ ਮੰਨੋ। ਹੈਵੀ ਟਰਾਲੀ ਨੇ? ਹਾਂ, 24 ਕੁਇੰਟਲ ਦਾ, 14.7 ਦਾ। ਠੀਕ ਹੈ ਬਾਈ ਜੀ। ਹੈਵੀ ਟਰਾਲੀ ਨੇ, ਡਬਲ ਟਾਇਰ ਆ ਗਏ, ਅਤੇ 10 ਨੱਟੀ ਹੱਬ ਆ ਗਈ। ਹਾਂਜੀ। ਅਤੇ ਅਗਲੀ ਟਰਾਲੀ ਬਾਰੇ ਗੱਲਬਾਤ ਕਰਦੇ, ਇਹ ਕਿੰਨੇ ਬਾਏ ਕਿੰਨੇ? ਇਹ 13.5-6 ਆ ਜੀ। ਇਹ 13.5 ਆ ਗਈ। ਹਾਂਜੀ। ਅਤੇ ਲਓ ਬਾਈ, ਇਹਦੇ ਵੀ ਰੇਸਾ ਰੇਲ ਦਾ ਪੱਟੀਆਂ ਹੱਬਾ 10 ਨੱਟੀਆਂ। ਠੀਕ ਆ ਜੀ। ਅਤੇ ਡਿਜ਼ਾਇਨਿੰਗ ਵਗੈਰਾ ਦੇਖੋ ਬਾਈ ਜੀ, ਕਿੰਨੀ ਘੈਂਟ ਬਣਾਈ ਹੋਈ ਹੈਗੀ ਟਰਾਲੀ ਦੀ। ਅਤੇ ਇੱਧਰ ਦੇਖ ਸਕਦੇ ਹੋ ਕਿ ਆਹ ਦੇਖ ਸਕਦੇ, ਇਹ ਲੇਜ਼ਰ ਕਟਿੰਗ ਆ, ਕੰਪਿਊਟਰ ਵਾਲੇ ਸਟਿੱਕਰ ਆ ਸਾਰੇ ਇਹਦੇ। ਠੀਕ ਹੈ ਜੀ। ਸਾਰੀ ਲੇਜ਼ਰ ਕਟਿੰਗ ਵਾਲੀ? ਸਾਰੀ ਲੇਜ਼ਰ ਕਟਿੰਗ ਵਾਲੀਆਂ ਵਾ। ਠੀਕ ਹੈ। ਅਤੇ ਸਟਿੱਕਰ ਕੰਪਿਊਟਰ ਵਾਲੇ ਸਾਰੇ? ਠੀਕ ਆ ਜੀ। ਅਤੇ 10-85 ਦੀ ਵੀ? ਠੀਕ ਆ ਜੀ। ਜਿਵੇਂ ਆਪਾਂ ਕਹਿੰਦੇ ਹਾਈ, ਜਿੰਨੀ ਚੀਜ਼ ਬਣਾਈ ਹੋਈ ਆ ਸਾਰੀ ਹੈਵੀ ਬਣਾਈ ਹੈਵੀ ਆ ਜੀ। ਹੈਵੀ ਹੈਵੀ ਵਧੀਆ। ਚਲੋ ਵਿੱਚੋਂ ਤੁਹਾਨੂੰ ਦਿਖਾ ਦੇਣਗੇ, ਵਧੀਆ ਪੂਰੀ ਹੈਵੀ ਹੈਗੀ ਚਾਦਰ, ਮੈਨੂੰ ਲਾ ਬੋਲਦੀ ਆ ਵੀ ਲਾਈ ਹੋਈ ਹੈਗੀ। 4 mm ਫਰਸ਼ ਆ ਜੀ। ਠੀਕ ਹੈ। ਸਾਈਡਾਂ ਦਾ ਦੱਸ ਗਏ ਜੀ, ਸਾਈਡਾਂ ਫਰਸ਼ 4 mm ਆ। ਠੀਕ ਆ ਜੀ। ਅਤੇ ਹੈਵੀ ਟਰਾਲੀ ਆ ਜੀ ਮੈਂ? ਠੀਕ ਹੈ, ਟਰਾਲੇ ਆ ਜੀ। ਟਰਾਲੀ ਕਾਹਦੀ? ਟਰਾਲੇ ਹੁੰਦੇ ਲਿਫਟ ਵਾਲੇ, ਟਰਾਲੇ ਨੇ ਵੱਡੇ। ਹਾਂਜੀ। ਠੀਕ ਹੈ ਜੀ। ਡਬਲ ਟਾਇਰ 'ਚ ਆ ਗਈ। ਹਾਂਜੀ। ਇਹਦੀ ਕੀ ਡਿਮਾਂਡ ਆ ਬਾਈ ਜੀ? ਇਹਦਾ ਮੰਗਦੇ ਆਪਾਂ 2,45। ਠੀਕ ਆ ਜੀ। ਅਤੇ ਇੱਕ ਚੀਜ਼ ਬਾਈ, ਉਰੇ ਆਹ ਦਿਖਾ ਦਿਓ। ਲਓ ਬਾਈ ਜੀ, ਚੈੱਕ ਕਰੋ, ਆਮ ਨਾ ਉਰੇ ਛੋਟੇ ਜਿਹੇ ਸਰੀਏ ਲਾ ਕੇ 4 ਸੂਤੇ ਲਾਏ ਹੁੰਦੇ ਆ, 4-6 ਸੂਤਾ।
ਸੇ ਸੂਤਾ ਸਰੀਆ ਕਾ ਛੋਟੇ ਜਿਹੇ ਸਰੀਏ ਲਾ ਕੇ ਅਗਲਾ ਕਰਨ ਦਾ ਕੰਮ ਬਸ ਹੋ ਗਈ ਚਲੋ ਠੀਕ ਆ ਤੇ ਬਾਕੀ ਆਹ ਤੁਸੀਂ ਉੱਪਰ ਵੀ ਦੇਖ ਸਕਦੇ ਹੋ ਵਧੀਆ ਪੈਪ ਲਾਈ ਹੋਏਗੀ ਇਹ ਨਹੀਂ ਹੈਗੇ ਕਿ ਆਮ ਉਰੇ ਉਹ ਲਾ ਦਿੰਦੇ ਨੇ ਚੈਨਰ ਲਾ ਦਿੰਦੇ ਲਾਈ ਹੁੰਦੀ ਪੱਤੀ ਲਾ ਦਿੰਦੇ ਨੇ ਤੇ ਅੱਗੇ ਅੱਗੇ ਬਾਈ ਜੀ ਤੇ ਇਹ ਕਿੰਨੇ ਪੈ ਕਿੰਨੇ ਇਹ 14-7 ਆ ਜੀ ਇਹ ਵੀ 14-7 ਦੀ ਹੈ ਹਾਂਜੀ ਇਹਦੇ ਵੀ ਰੇਲ ਵਾਲਾ ਹਿੱਸਾ ਹੀ ਹੈ ਬਾਈ ਜੀ ਹਾਂਜੀ ਰੇਲ ਦਾ ਹਿੱਸਾ ਵੱਡੀਆਂ ਹੱਬਾਂ ਠੀਕ ਹੈ ਵੱਡੀਆਂ ਹੱਬਾਂ ਨੇ ਗਿਆ ਰੇਲ ਦਾ ਹਿੱਸਾ ਗਾ ਠੀਕ ਆ ਜੀ ਤੇ ਲੋ ਬਈ ਬਾਕੀ ਚੈੱਕ ਕਰੋ ਤੇ ਇਹ ਸਿੰਗਲ ਪੰਪ ਜਿਵੇਂ ਜੀ ਨਾ ਡਬਲ ਜੈਕਅਪ 14-7 ਦਾ ਡਬਲ ਜੈਕਅਪ ਠੀਕ ਆ ਜੀ ਤੇ ਪੂਰੇ ਹੈਵੀ ਟਰਾਲੇ ਨੇ ਬਾਈ ਜੀ ਤੇ ਇਹਦਾ ਕਿੰਨਾ ਕੁ ਬਿਜ ਬੇਟੂਗਾ ਇਹਦਾ ਵੀ 24 ਕੁਇੰਟਲ ਵਜਨ ਆ ਜੀ ਇਹ ਵੀ 24 ਕੁਇੰਟਲ ਹੈਗਾ ਆਮ ਤੁਸੀਂ ਬਾਈ ਜੀ ਹੋਰ ਕਿਤੋਂ ਵੀ ਟਰਾਲੀ ਦੇਖੋਗੇ ਨੇ ਤਾਂ ਤੁਹਾਨੂੰ ਤਕਰੀਬਨ ਮੰਨ ਕੇ ਚੱਲੋ 15-16-17 ਕੁਇੰਟਲ ਦਾ ਟਰਾਲਾ ਮਿਲੂਗਾ ਪਰ ਬਾਈ ਕੋਲ ਪੂਰੇ ਹੈਵੀ ਟਰਾਲੇ ਹੁੰਦੇ ਨੇਗੇ ਤੇ ਇਹਦੀ ਡਿਮਾਂਡ ਬਾਈ ਜੀ ਇਹਦਾ 2.75 ਮੰਗਦੇ ਆ ਬਾਕੀ ਮਾਨਤਾਲ ਹੋਈ ਮੌਕੇ ਤੇ ਠੀਕ ਆ ਜੀ ਤੇ ਉਚਾਈ ਕਿੰਨੀ ਕੁ ਹੋਊ ਬਾਈ ਜੀ ਇਹਦੀ ਉਚਾਈ 3 ਫੁੱਟ ਦਾ ਬੈੱਡ ਆ 2.25 ਫੁੱਟ ਵੱਡੀ ਹੁੰਦੀ ਹੈ ਤੇ 3 ਫੁੱਟ ਦਾ ਆਮ 2.5 ਫੁੱਟ ਦਾ ਹਾਂ 3 ਫੁੱਟ ਦਾ ਬੈੱਡ ਆ ਠੀਕ ਆ ਜੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਬਾਈ ਜੀ ਤੇ ਅਗਲੇ ਟਰਾਲੀ ਬਾਰੇ ਗੱਲਬਾਤ ਕਰਦੇ ਹਾਂ ਇਹ 16-7 ਆ ਜੀ ਇਹ 16-7 ਚ ਆ ਜੀ ਹਾਂਜੀ ਮਤਲਬ ਤੇ ਤਾਂ ਸੜਕੇ ਹੀ ਘੇਰ ਲੱਗਦੀ ਬੜੇ ਤੇ ਮੰਨ ਕੇ ਚੱਲੋ ਬਾਈ ਜੀ ਜਿਹਨਾਂ ਕੋਲ ਜ਼ਿਆਦਾ ਜ਼ਮੀਨ ਹੈਗੀ ਠੀਕ ਆ ਉਹਨਾਂ ਲਈ ਤਾਂ ਪੂਰੀ ਬੈਟਰ ਹੈਗੀ ਪਰ ਟਰੈਕਟਰ ਛੋਟਾ ਚਾਹੀਦਾ ਇਹਦੇ ਵਾਸਤੇ ਵੀ ਖਿੱਚਣ ਲਈ ਆਮ ਟਰੈਕਟਰ ਦਾ ਇਹਨੂੰ ਵੀ ਟਰੈਕਟਰ ਦੀ ਬੱਸ ਕਰਾ ਦੂੰਗੇ ਹਾਂਜੀ ਹਾਂਜੀ ਠੀਕ ਆ ਜੀ ਤੇ ਕੀ ਡਿਮਾਂਡ ਆ ਬਾਈ ਜੀ ਇਹਦਾ ਮੰਗਦੇ ਜੀ ਆਪਾਂ 2,95,000 ਠੀਕ ਆ ਜੀ ਬਾਕੀ ਮੌਕੇ 'ਤੇ ਮਾਨਤਾਲ ਹੋਜੂ ਠੀਕ ਆ ਜੀ ਤੇ ਇਹ ਵੀ ਰੇਲ ਦਾ ਹਿੱਸਾ ਵੱਡੀਆਂ ਆਪਾਂ 10 ਨਟੀਆਂ ਠੀਕ ਆ ਜੀ ਤੇ ਪੰਪ ਕਿੰਨੇ ਸਟੇਜ ਦਾ ਹੁੰਦਾ ਬਾਈ ਜੀ ਇਹ ਪੰਪ 3 ਸਟੇਜ ਵਾਲੇ ਹੁੰਦੇ ਜੀ 3 ਸਟੇਜ ਵਾਲਾ ਆਮ 2 ਸਟੇਜ ਦਾ ਲਾਉਂਦੇ ਨੇ 3 ਸਟੇਜ ਆ ਡਬਲ ਜੈਕ ਆ ਡਬਲ ਜੈਕ 16-7 ਤਿਆਰ ਆ ਅੰਦਰੋਂ ਠੀਕ ਆ ਜੀ ਚਲੋ ਬਾਕੀ ਤੁਸੀਂ ਦੇਖ ਸਕਦੇ ਹੋਗੇ ਤੇ ਇਹਦੇ ਕਿੰਨੇ ਚੈਨਰ ਲੱਗੇ ਹੋਏ ਬਾਈ ਜੀ ਇਹਦੇ ਤੇ 16 ਦੇ 16 ਵਿੱਚ 18 ਹੋ ਗਏ ਸਾਈਡਾਂ ਵਾਲੇ ਕਹਿੰਦੇ 18 ਹੋ ਗਏ ਠੀਕ ਆ ਜੀ 18 ਚੈਨਰ ਹੋ ਗਏ ਹਾਂਜੀ ਤੇ ਬਾਕੀ ਪੂਰੇ ਰੀਜਨ ਨਾਲ ਬਾਈ ਜੀ ਟਰਾਲੀ ਤਿਆਰ ਕਰੀ ਹੋਈ ਹੈਗੀ ਇਹ ਨਹੀਂ ਹੈਗਾ ਬਸ ਟਾਂਕੇ ਲਾ ਕੇ ਹਾਂਜੀ 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 ਠੀਕ ਆ ਬਾਈ ਜੀ ਤੇ ਬਾਕੀ ਮੇਨ ਲੋਕੇਸ਼ਨ ਬਾਈ ਦੀ ਹੈਗੀ ਆ ਤੇ ਕਿੰਨਾ ਕੁ ਟਾਈਮ ਹੋ ਗਿਆ ਬਾਈ ਜੀ ਇਹ ਕੰਮ ਕਰਦੇ ਨੂੰ ਟਿੱਬਾ ਹੋ ਗਏ 35-40 ਸਾਲ ਹੋ ਗਏ ਟਰਾਲੀਆਂ ਦਾ ਕੰਮ ਕਰਦੇ ਨੂੰ ਟਰਾਲੀਆਂ ਦਾ ਬਾਅਦ 'ਚ ਲੱਗਿਆ ਪਹਿਲਾਂ ਟਰੈਕਟਰ ਟਰਾਲੀਆਂ ਦਾ 2 ਰਿਕ 'ਚ ਲੱਗੇ ਆ ਠੀਕ ਆ ਜੀ ਤੇ ਟਰੈਕਟਰਾਂ ਦਾ ਵੈਸੀ ਤਰ੍ਹਾਂ ਮਤਲਬ ਪਹਿਲਾਂ ਡੈਡੀ ਕਰਦਾ ਸਾਡਾ 70 ਤੋਂ ਲੈ ਕੇ ਕੰਮ ਚੱਲੀ ਜਾਂਦਾ ਇਹੀ ਕੰਮ ਚੱਲਦਾ ਠੀਕ ਆ ਜੀ ਟਰਾਲੀਆਂ ਦਾ 2 ਰਿਕ 'ਚ ਲੱਗੇ ਆ ਠੀਕ ਆ ਜੀ ਤੇ ਪਹਿਲਾਂ ਬਾਈ ਕਹਿੰਦਾ ਆਪਾਂ ਕਿਰਾਏ 'ਤੇ ਟਰਾਲੀਆਂ ਦਿੰਦੇ ਨਹੀਂ ਸੀ ਹੁਣ ਆਪਾਂ ਕਿਰਾਏ 'ਤੇ ਵੀ ਦੇ ਦਿਆ ਕਰਾਂਗੇ ਖਾਸ ਕਰ ਜਿਵੇਂ ਆਪਾਂ ਮੱਕੀ ਦਾ ਸੀਜ਼ਨ ਹੁੰਦਾ ਹੁਣ ਜਾਣੀਆਂ ਹੀ ਮੱਕੀ ਦੇ ਬੁੱਕ ਹੋਈ ਜਾਂਦੀਆਂ ਮਹੀਨੇ ਮਹੀਨੇ ਲਈ ਪਹਿਲਾਂ ਆਲੂਆਂ 'ਤੇ ਚੱਲ ਕੇ ਆਈਆਂ ਠੀਕ ਆ ਜੀ ਜੇ ਬਾਈ ਕਿਸੇ ਨੇ ਸਾਈ 'ਤੇ ਤਿਆਰ ਕਰਵਾਉਣੀ ਹੋਵੇ ਟਰਾਲੀ ਨਾ ਆਪਣੇ ਕੋਲ ਇੱਥੇ ਖੜੀ ਹੁੰਦੀ ਹਾਜ਼ਰ ਠੀਕ ਆ ਜੀ ਜਿਹੜੀਆਂ ਇਹ ਹੁੰਦੇ ਨੇ ਇਹ ਅਵੇਲੇਬਲ ਹੁੰਦੇ ਹਾਂਜੀ 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 ਠੀਕ ਆ ਬਾਈ ਜੀ ਤੇ ਸਾਈ ਸਾਰੇ ਹੁੰਦੇ ਆਪਣੇ 12 ਤੋਂ ਲੈ ਕੇ 16 ਤਾਈਂ ਠੀਕ ਆ ਜੀ ਤੇ ਟਰੈਕਟਰ ਵੀ ਆਪਣੇ ਕੋਲ ਹੁੰਦੇ ਹਾਂਜੀ ਟਰੈਕਟਰ ਵੀ ਠੀਕ ਆ ਬਾਈ ਜੀ ਧੰਨਵਾਦ ਧੰਨਵਾਦ ਗੱਲ ਕਰਕੇ ਬਹੁਤ ਵਧੀਆ ਲੱਗਿਆ ਲਓ ਬਾਈ ਜੀ ਜੇ ਕਿਸੇ ਵੀਰ ਨੇ ਟਰਾਲੀ ਖਰੀਦਣੀ ਆ ਜਾਂ ਟਰਾਲਾ ਖਰੀਦਣਾ ਤਾਂ ਬਾਈ ਨਾਲ ਸੰਪਰਕ ਜ਼ਰੂਰ ਕਰ ਲਿਓ ਤੇ ਟਰੈਕਟਰ ਵੀ ਬਾਈ ਕੋਲੇ ਹੁੰਦੇ ਨੇਗੇ ਤੇ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸੋ ਮਿਲਦੇ ਗਏ ਨਵੀਆਂ ਤਦ ਤੱਕ ਲਈ ਧੰਨਵਾਦ।